ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਅੱਜ ਦਾ ਜਿਹੜਾ ਵੀਡੀਓ ਬਹੁਤ ਹੀ ਅਹਿਮ ਰਹਿਣ ਵਾਲਾ, ਜੋ ਅੱਜ ਅਸੀਂ ਤੁਹਾਡੇ ਲਈ ਲੈਕਚਰ ਲੈ ਕੇ ਆਏ, ਜਿਸ ਦੇ ਵਿੱਚ ਤੁਹਾਨੂੰ ਕਾਫੀ ਜਿਹੜੇ ਟੌਪ ਜਿਹੜੇ 20 ਕਹਿ ਲਓ ਤੁਸੀਂ, 15 ਕਹਿ ਲਓ ਕੁਐਸਚਨ ਜਿਹੜੇ ਤੁਹਾਨੂੰ ਇਸ ਦੇ ਵਿੱਚ ਕਰਾਏ ਜਾਣਗੇ, ਜੋ ਕਿ ਹਰ ਗੌਰਮੈਂਟ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਕੋਈ ਵੀ ਗੌਰਮੈਂਟ ਐਗਜ਼ਾਮ ਹੋਵੇ, ਪੀ ਐੱਸ ਟੈਟ ਹੋਵੇ, ਸੀ ਟੈਟ ਹੋਵੇ, ਐੱਚ ਟੈਟ ਹੋਵੇ, ਜਿੰਨੇ ਵੀ ਗੌਰਮੈਂਟ ਦੇ ਐੱਸ ਐੱਸ ਸੀ, ਯੂ ਪੀ ਐੱਸ ਸੀ, ਹਰ ਗੌਰਮੈਂਟ ਐਗਜ਼ਾਮ ਦੇ ਵਿੱਚ ਜਿਹੜੇ ਵਿਗਿਆਨਕ ਨਾਮ ਹੈ ਕਿਸੇ ਵੀ ਚੀਜ਼ ਦੇ, ਉਹ ਪੁੱਛੇ ਜਾਂਦੇ ਆ। ਇੱਕ ਵਿਗਿਆਨਕ ਨਾਮ ਜਿਹੜਾ ਤੁਹਾਨੂੰ ਹਰ ਗੌਰਮੈਂਟ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ, ਠੀਕ ਹੈ ਜੀ, ਉਸ ਦੀ ਬਾਰੇ ਗੱਲ ਕਰਾਂਗੇ। ਅਤੇ ਉਸ ਤੋਂ ਹੋਰ ਵੀ ਅਹਿਮ ਕੁਐਸਚਨ ਹੋਣਗੇ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ, ਚਾਹੇ ਜੋਬ ਨਾਲ ਸੰਬੰਧਿਤ ਹੋਵੇ, ਚਾਹੇ ਸਟੱਡੀ ਨਾਲ ਹੋਵੇ, ਚਾਹੇ ਕਿਸੇ ਐਗਜ਼ਾਮ ਡੇਟ ਨਾਲ। ਸਟਾਰਟ ਕਰ ਲਾਂਗੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਡੇ ਕੋਲ, ਫੁੱਲਾਂ ਅਤੇ ਫਲਾਂ ਅਤੇ ਸਬਜ਼ੀਆਂ ਦੀ ਜਿਹੜੀ ਖੇਤੀ ਹੈ, ਤਾਂ ਇਸ ਨੂੰ ਕੀ ਕਹਿੰਦੇ ਨੇ, ਵਿਗਿਆਨਕ ਨਾਮ ਜਿਹੜਾ ਹੈਗਾ ਇਹਦਾ, ਹਾਰਟੀਕਲਚਰ ਕਹਿੰਦੇ। ਤੁਹਾਨੂੰ ਜਿਹੜਾ ਇਹ ਇੱਥੇ ਪੰਜਾਬੀ ਵਿੱਚ ਲਿਖਿਆ, ਬਟ ਕਿਸੇ ਵੀ ਐਗਜ਼ਾਮ ਦੇ ਵਿੱਚ ਤੁਸੀਂ ਜਾਓਗੇ, ਤੁਹਾਨੂੰ ਹਾਰਟੀਕਲਚਰ ਪੰਜਾਬੀ ਦੇ ਵਿੱਚ ਲਿਖਿਆ ਨਹੀਂ ਮਿਲੇਗਾ, ਹਾਰਟੀਕਲਚਰ ਇੰਗਲਿਸ਼ ਦੇ ਵਿੱਚ ਹੀ ਲਿਖਿਆ ਹੋਏਗਾ ਸ਼ਬਦ। ਨੈਕਸਟ, ਰੇਸ਼ਮ ਲਈ ਸਹਿਤੂਤ ਦੀ ਖੇਤੀ, ਤਾਂ ਇਸ ਨੂੰ ਕੀ ਕਹਿੰਦੇ ਆ, ਰੇਸ਼ਮ ਲਈ ਸਹਿਤੂਤ ਦੀ ਖੇਤੀ ਕਰਨਾ, ਕਿਉਂਕਿ ਰੇਸ਼ਮ ਦਾ ਜੋ ਕੀੜਾ ਹੈ ਉਹ ਸਹਿਤੂਤ ਦੇ ਰੁੱਖ 'ਤੇ ਪਾਇਆ ਜਾਂਦਾ, ਤਾਂ ਉਸ ਨੂੰ ਕੀ ਕਹਿੰਦੇ ਆ, ਮੌਰੀ ਕਲਚਰ। ਨੈਕਸਟ, ਕੇਚੂਆ ਪਾਲਣ ਸੰਬੰਧੀ, ਕੇਚੂਆ ਪਾਲਣ ਸੰਬੰਧੀ ਜਿਹੜਾ ਵਿਗਿਆਨਿਕ ਨਾਮ ਦਿੱਤਾ ਗਿਆ ਉਹ ਹੈ ਬਰਮੀ ਕਲਚਰ। ਨੈਕਸਟ, ਸਬਜ਼ੀਆਂ ਦੀ ਖੇਤੀ, ਸਬਜ਼ੀਆਂ ਦੀ ਖੇਤੀ ਨੂੰ ਕੀ ਕਿਹਾ ਜਾਂਦਾ, ਓਲੇਰੀ ਕਲਚਰ। ਇਹ ਵਿਗਿਆਨਕ ਨਾਮ ਨੇ, ਤੁਸੀਂ ਇਹ ਯਾਦ ਰੱਖਣੇ ਆ, ਇਹਨਾਂ ਨੂੰ ਬਿਲਕੁਲ ਰੱਟ ਲਓ, ਕਿਸੇ ਵੀ ਗੌਰਮੈਂਟ ਐਗਜ਼ਾਮ 'ਚ ਜਾ ਕੇ ਤੁਸੀਂ ਬੈਠੋਗੇ ਤਾਂ ਇਹ ਤੁਹਾਨੂੰ ਦੇਖਣ ਨੂੰ ਮਿਲਣਗੇ ਹਰ ਹਾਲਤ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜਾ ਸੀ ਟੈਟ ਹੋਇਆ, ਤਾਂ ਸੀ ਟੈਟ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਇੱਕ ਵਿਗਿਆਨਕ ਨਾਮ ਆ ਚੁੱਕਿਆ, ਜੋ ਕਿ ਮੱਛੀ ਪਾਲਣ ਨਾਲ ਸੰਬੰਧ ਹੈਗਾ ਸੀ, ਉਹ ਐਟ ਏ ਟਾਈਮ ਮੇਰੇ ਮਾਇੰਡ 'ਚ ਨਹੀਂ ਹੈ ਵੀ ਕੀ ਸੀਗਾ ਉਹ, ਠੀਕ ਹੈ ਜੀ। ਨੈਕਸਟ, ਫੁੱਲਾਂ ਦੀ ਖੇਤੀ ਕਿਸ ਨੂੰ ਕਹਿੰਦੇ, ਫਲੇਰੀ ਕਲਚਰ ਨੂੰ। ਫਲੇਰੀ ਕਲਚਰ ਵਿਗਿਆਨਿਕ ਨਾਮ ਹੈਗਾ ਫੁੱਲਾਂ ਦੀ ਖੇਤੀ। ਨੈਕਸਟ, ਰੁੱਖਾਂ ਅਤੇ ਝਾੜੀਆਂ ਦੀ ਖੇਤੀ ਨੂੰ ਕੀ ਕਹਿੰਦੇ, ਓਵਰੀ ਕਲਚਰ। ਨੈਕਸਟ, ਹੋਰ ਕੁਝ ਅਹਿਮ ਕੁਐਸਚਨ ਹੈਗਾ ਜਿੰਨਾ ਵੀ ਦੇਖ ਸਕਦੇ ਤੁਸੀਂ, ਹਿਮਾਲਿਆ ਪਰਬਤ ਦਾ ਜਨਮ ਕਿਹੜੇ ਸਮੁੰਦਰ ਤੋਂ ਹੋਇਆ, ਟਹਿਥੀਜ਼ ਨਾਂ ਦੇ ਸਮੁੰਦਰ ਤੋਂ ਹੋਇਆ ਹਿਮਾਲਿਆ ਪਰਬਤ ਦਾ ਜਨਮ। ਹਿਮਾਲਿਆ ਪਰਬਤ ਕਿਹੜੇ ਪਰਬਤਾਂ ਵਿੱਚ ਆ ਜਾਂਦਾ, ਇਹ ਵੀ ਜਿਹੜੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। ਹਿਮਾਲਿਆ ਪਰਬਤ ਨੂੰ ਬੱਲਣ ਪਰਬਤ ਕਹਿ ਸਕਦੇ ਹਾਂ। ਨੈਕਸਟ, ਗੇਟ ਵੇ ਆਫ ਇੰਡੀਆ ਕਿੱਥੇ ਸਥਿਤ ਹੈ, ਗੇਟ ਵੇ ਆਫ ਇੰਡੀਆ ਜਿਹੜਾ ਮੁੰਬਈ ਦੇ ਵਿੱਚ ਸਥਿਤ ਹੈ, ਇਹ ਜਾਰਜ ਪੰਜਵੇਂ ਦੀ ਰਾਣੀ ਮੈਰੀ ਦੀ ਯਾਦ ਵਿੱਚ ਬਣਾਇਆ ਗਿਆ। ਜਾਰਜ ਪੰਜਵੇਂ ਦੀ ਜਿਹੜੇ ਰਾਣੀ ਸੀ ਮੈਰੀ, ਤਾਂ ਉਸਦੀ ਯਾਦ ਦੇ ਵਿੱਚ ਜਿਹੜਾ ਗੇਟ ਵੇ ਆਫ ਇੰਡੀਆ ਜਿਹੜਾ ਬਣਾਇਆ ਗਿਆ, ਜੋ ਕਿ ਕਿੱਥੇ ਸਥਿਤ ਹੈ, ਮੁੰਬਈ ਦੇ ਵਿੱਚ। ਇੱਥੇ ਥੋੜ੍ਹੀ ਕਨਫਿਊਜ਼ਨ ਹੋਈ ਦੀ, ਜਿਹੜਾ ਇੰਡੀਆ ਗੇਟ ਕਿੱਥੇ ਸਥਿਤ ਹੈ ਉਹ ਹੈ ਦਿੱਲੀ ਦੇ ਵਿੱਚ। ਨੈਕਸਟ, ਇੰਡੀਆ ਗੇਟ ਤੁਹਾਨੂੰ ਦੱਸ ਚੁੱਕੇ ਹਾਂ ਵੀ ਦਿੱਲੀ ਵਿੱਚ ਸਥਿਤ ਹੈ। ਸਥਾਪਨਾ ਜਿਹੜੀ ਦੀ ਹੋਈ ਹੈ, ਇਸਟੈਬਲਿਸ਼ ਹੋਇਆ ਜਿਹੜਾ 1921 ਈਸਵੀ ਵਿੱਚ ਜਿਹੜਾ ਬਣਿਆ। ਲਾਰਡ ਇਰਵਿਨ ਨੇ 1931 ਵਿੱਚ ਪੂਰਾ ਕੀਤਾ ਸੀ, ਤਾਂ 1921 ਦੇ ਵਿੱਚ ਜਿਹੜਾ ਇਹ ਸਟਾਰਟ ਹੋਇਆ ਸੀ ਇੰਡੀਆ ਗੇਟ ਬਣਨਾ, ਤਾਂ ਲਾਰਡ ਇਰਵਿਨ ਨੇ 1931 ਦੇ ਵਿੱਚ ਇਸ ਨੂੰ ਪੂਰਾ ਕੀਤਾ ਸੀ। ਨੈਕਸਟ, ਬਲੂਤ, ਦਿਓਦਾਰ ਅਤੇ ਚੀਲ ਦੇ ਦਰਖਤ ਕਿੱਥੇ ਮਿਲਦੇ ਹੈ, ਇਹ ਬਲੂਤ ਨਹੀਂ ਹੈਗਾ, ਬਬੂਲ। ਕਿੱਥੇ ਮਿਲਦੇ ਆ ਜੀ ਇਹ, ਪਰਬਤੀ ਜੰਗਲਾਂ ਵਿੱਚ। ਨੈਕਸਟ, ਨਕਸ਼ਿਆਂ ਦੇ ਰੰਗ, ਨਕਸ਼ਿਆਂ ਦੇ ਜੇਕਰ ਰੰਗ ਦੀ ਗੱਲ ਕੀਤੀ ਜਾਵੇ, ਆਪਾਂ ਨੂੰ ਜਿਹੜਾ ਇੰਡੀਆ ਦੇ ਫਿਜ਼ੀਕਲ ਨਕਸ਼ੇ ਆਪਾਂ ਦੇਖਦੇ ਹਾਂ, ਉਸਨੂੰ ਜਿਹੜਾ ਆਪਾਂ ਫਿਜ਼ੀਕਲੀ ਕਰਦੇ ਹਾਂ, ਤਾਂ ਉਸ ਦੇ ਵਿੱਚ ਆਪਾਂ ਕਿਸ ਕਿਸ ਤਰ੍ਹਾਂ ਦੇ ਰੰਗ ਭਰ ਕੇ ਕਿਹੜੇ ਕਿਹੜੇ ਜਿਹੜੇ ਸਾਈਨ ਦੱਸ ਸਕਦੇ ਹਾਂ, ਕਿਸੇ ਤਰ੍ਹਾਂ ਜਿਵੇਂ ਆਪਾਂ ਭੂਮੀ ਨੂੰ ਦਰਸਾਉਣਾ ਹੋਵੇ, ਵਣਾਂ ਨੂੰ ਦਰਸਾਉਣਾ ਹੋਵੇ, ਇਸ ਤੋਂ ਪਾਣੀ ਨੂੰ ਦਰਸਾਉਣਾ ਹੋਵੇ ਆਦਿ, ਇਸ ਤੋਂ ਇਲਾਵਾ ਕੁਛ ਬਹੁਤ ਸਾਰੇ ਜਿਹੜੇ ਤੁਹਾਨੂੰ ਮੈਟਰ ਮਿਲ ਜਾਂਦੇ, ਜਿਨ੍ਹਾਂ ਨੂੰ ਕਿ ਵੱਖ ਵੱਖ ਰੰਗਾਂ ਨਾਲ ਦਰਸਾਇਆ ਜਾਂਦਾ ਮੈਪ ਦੇ ਉੱਤੇ, ਕਿਉਂਕਿ ਕੋਈ ਵੀ ਜਿਹੜੀ ਕਿਸੇ ਵੀ ਦੇਸ਼ ਦੀ ਜਾਂ ਕੰਟਰੀ ਕਹਿ ਸਕਦੇ ਹਾਂ ਆਪਾਂ, ਜਾਂ ਇਸ ਤੋਂ ਇਲਾਵਾ ਕਿਸੇ ਵੀ ਸਟੇਟ ਦੀ ਜਿਹੜੀ ਧਰਤੀ ਹੈਗੀ ਹੈ, ਤਾਂ ਉਹ ਇੱਕੋ ਜਿਹੀ ਨਹੀਂ ਹੁੰਦੀ, ਉੱਥੇ ਪਰਬਤ ਵੀ ਹੁੰਦੇ ਆ, ਉੱਥੇ ਨਦੀਆਂ ਵੀ ਹੁੰਦੀਆਂ, ਉੱਥੇ ਜੰਗਲ ਵੀ ਹੁੰਦੇ ਆ, ਤਾਂ ਉੱਥੇ ਤੁਹਾਨੂੰ ਰੇਤਲੇ ਮੈਦਾਨ ਵੀ ਦੇਖਣ ਨੂੰ ਮਿਲਦੇ ਆ, ਤਾਂ ਇਸ ਤਰ੍ਹਾਂ ਸਾਰਿਆਂ ਨੂੰ ਜਿਹੜਾ ਅਲੱਗ ਅਲੱਗ ਰੰਗਾਂ ਨਾਲ ਦਰਸਾਇਆ ਜਾਂਦਾ, ਉਹਨਾਂ ਦੀ ਜਾਣਕਾਰੀ ਇਸ ਦੇ ਵਿੱਚ ਦੱਸੀ ਗਈ ਹੈ। ਦੇਖ ਸਕਦੇ ਹੋ ਸਭ ਤੋਂ ਪਹਿਲਾਂ
ਹਰਾ ਰੰਗ ਕਿਸ ਨੂੰ ਦਰਸਾਉਂਦਾ? ਜਿਹੜਾ ਹਰਾ ਰੰਗ ਹੈਗਾ ਨਕਸ਼ ਦੇ ਵਿੱਚ ਤਾਂ ਉਹ ਮੈਦਾਨਾਂ ਨੂੰ ਦਰਸਾਉਂਦਾ। ਵੈਰੀ ਵੈਰੀ ਇੰਪੋਰਟੈਂਟ ਹੈਗਾ ਇਹ ਪ੍ਰਸ਼ਨ ਨਕਸ਼ਿਆਂ ਦੇ ਰੰਗ ਬਾਰੇ। ਹਰ ਹਾਲਤ ਦੇ ਵਿੱਚ ਤੁਹਾਨੂੰ ਗੌਰਮੈਂਟ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ। ਪੀਲਾ ਰੰਗ ਕਿਸ ਨੂੰ ਦਿਖਾਉਂਦਾ? ਉੱਚੀਆਂ ਥਾਵਾਂ ਨੂੰ ਦਰਸਾਉਂਦਾ। ਜਿਹੜਾ ਪੀਲਾ ਰੰਗ ਹੈਗਾ ਨਕਸ਼ ਦੇ ਵਿੱਚ ਉਹ ਕਿਸ ਲਈ ਹੁੰਦਾ? ਉੱਚੀਆਂ ਥਾਵਾਂ ਲਈ। ਪੂਰਾ ਰੰਗ ਕਿਸ ਲਈ ਹੈ? ਪਰਬਤਾਂ ਲਈ। ਜਿਹੜਾ ਪੂਰਾ ਰੰਗ ਹੈ ਤਾਂ ਉਹ ਪਰਬਤਾਂ ਨੂੰ ਦਰਸਾਉਂਦਾ। ਚਿੱਟਾ ਰੰਗ ਬਰਫੀਲੇ ਪਹਾੜਾਂ ਲਈ। ਨੀਲਾ ਰੰਗ ਸਮੁੰਦਰਾਂ ਲਈ। ਕਿਹੜੀ ਨਦੀ ਨੈਕਸਟ ਹੈਗਾ? ਕਿਹੜੀ ਨਦੀ ਡੈਲਟਾ ਨਹੀਂ ਬਣਾਉਂਦੀ? ਤਾਪਤੀ ਨਦੀ। ਤਾਂ ਇਸ ਤੋਂ ਇਲਾਵਾ ਇੱਕ ਹੋਰ ਨਦੀ ਹੈਗੀ ਹੈ ਜਿਸ ਦਾ ਨਾਮ ਹੈ ਨਰਮਦਾ ਨਦੀ। ਤਾਂ ਇਹ ਨਦੀਆਂ ਦੋਨੇ ਹੈਗੀਆਂ ਜਿਹੜੀਆਂ ਡੈਲਟਾ ਨਹੀਂ ਬਣਾਉਂਦੀਆਂ। ਤਾਂ ਇਹਨਾਂ ਦਾ ਇੱਕ ਹੋਰ ਵਿਸ਼ੇਸ਼ ਜਿਹੜਾ ਤੁਹਾਨੂੰ ਇਹਨਾਂ ਵਿੱਚ ਗੁਣ ਦੇਖਣ ਨੂੰ ਮਿਲੇਗਾ ਉਹ ਇਹ ਹੈ ਕਿ ਇਹ ਦੋਵੇਂ ਹੀ ਨਦੀਆਂ ਪੱਛਮ ਦੇ ਵਿੱਚ ਵਹਿੰਦੀਆਂ ਨੇ। ਬਾਕੀ ਜਿਹੜੀਆਂ ਇੰਡੀਆ ਦੀਆਂ ਜ਼ਿਆਦਾਤਰ ਨਦੀਆਂ ਨੇ ਉਹ ਕਿੱਧਰ ਵਹਿੰਦੀਆਂ ਨੇ? ਤਾਂ ਉਹਨਾਂ ਦਾ ਪਾਣੀ ਦਾ ਵਹਾਅ ਜਿਹੜਾ ਪੂਰਬ ਵੱਲ ਹੈਗਾ। ਪਰ ਇਹ ਦੋਵੇਂ ਹੀ ਨਦੀਆਂ ਜਿਹੜੀਆਂ ਤੁਹਾਨੂੰ ਪੱਛਮ ਦੇ ਵਿੱਚ ਵਹਿੰਦੀਆਂ ਮਿਲਣਗੀਆਂ। ਇਹਨਾਂ ਦੇ ਡੈਲਟਾ ਨਾ ਬਣਾਉਣ ਦਾ ਕਾਰਨ ਕੀ ਹੈ? ਜੇਕਰ ਉਸ ਦੀ ਗੱਲ ਕਰੀ ਜਾਵੇ ਤਾਂ ਇਹ ਤਾਪਤੀ ਜਾਂ ਜਿਸ ਨੂੰ ਕਹਿੰਦੇ ਨਰਮਦਾ ਨਦੀ, ਨਰਮਦਾ ਨਦੀ ਉਹ ਵਾਲੀ ਹੈ ਜਿਸ 'ਤੇ ਕਿ ਜਿਸ ਦੇ ਕਿਨਾਰੇ 'ਤੇ ਜਿਹੜਾ ਵੱਲਮ ਭਾਈ ਪਟੇਲ ਜੀ ਦੀ ਮੂਰਤੀ ਹੁਣ ਬਣਾਈ ਗਈ ਹੈ। ਠੀਕ ਹੈ, ਇਹ ਵੀ ਇੱਕ ਕਰੰਟ ਅਫੇਅਰ ਦੇ ਵਿੱਚ ਆ ਜਾਂਦਾ। ਜੇਕਰ ਗੱਲ ਕੀਤੀ ਜਾਵੇ ਡੈਲਟਾ ਕਿਉਂ ਨਹੀਂ ਬਣਾਉਂਦੀਆਂ, ਕਿਉਂਕਿ ਦੇਖੋ ਇਹ ਜਿਹੜੀਆਂ ਨਦੀਆਂ ਨੇ ਤਾਪਤੀ ਅਤੇ ਨਰਮਦਾ, ਤਾਂ ਇਹਨਾਂ ਦੀ ਜਿਹੜੀ ਪਾਣੀ ਦੀ ਸਪੀਡ ਹੈ, ਗਤੀ ਹੈ, ਉਹ ਘੱਟ ਹੈ। ਕਿਉਂਕਿ ਜਦੋਂ ਪਾਣੀ ਦੀ ਗਤੀ ਤੇਜ਼ ਹੋਊਗੀ ਤਾਂ ਹੀ ਜਿਹੜਾ ਮਿੱਟੀ ਦਾ ਕਟਾਅ ਹੁੰਦਾ, ਮਿੱਟੀ ਕੱਟ ਕੇ ਜਿਹੜੀ ਹੇਠਲੇ ਇਲਾਕਿਆਂ 'ਚ ਜਾਂਦੀ ਹੈ ਤਾਂ ਹੇਠਲੇ ਇਲਾਕਿਆਂ 'ਚ ਜਿਹੜਾ ਤਿਕੋਣੇਕਾਰ ਦਾ ਸ਼ਕਲ ਬਣ ਜਾਂਦੀ ਹੈ ਸਮੁੰਦਰ ਦੇ ਲਵੇ ਨੇੜੇ, ਤਾਂ ਉਸਨੂੰ ਡੈਲਟਾ ਕਹਿ ਦਿੰਦੇ ਆ। ਬਟ ਇਹ ਨਦੀਆਂ ਪਾਣੀ ਦੇ ਨਾਲ ਨਾਲ ਮਿੱਟੀ ਦਾ ਕਟਾਅ ਨਹੀਂ ਕਰਦੀਆਂ, ਤਾਂ ਇਸੇ ਕਰਕੇ ਇਹ ਡੈਲਟਾ ਨਹੀਂ ਬਣਾਉਂਦੀਆਂ। ਨੈਕਸਟ, ਰਾਸ਼ਟਰੀ ਵਿਰਾਸਤੀ ਪਸ਼ੂ ਕਿਹੜਾ ਹੈ? ਹਾਥੀ। ਦੇਖੋ ਆਪਾਂ ਸੁਣਿਆ ਜਿਹੜਾ ਭਾਰਤ ਦਾ ਜਿਹੜਾ ਰਾਸ਼ਟਰੀ ਜਾਨਵਰ ਕਿਹੜਾ? ਚੀਤਾ, ਟਾਈਗਰ ਜਿਸ ਨੂੰ ਕਹਿ ਦਿੰਦੇ ਆ। ਪਰ ਰਾਸ਼ਟਰੀ ਵਿਰਾਸਤੀ ਪਸ਼ੂ ਕਿਹੜਾ ਹੈਗਾ ਤਾਂ ਇੱਥੇ ਤੁਸੀਂ ਧਿਆਨ ਰੱਖਣਾ, ਉਹ ਹੈ ਐਲੀਫੈਂਟ ਜਿਸ ਨੂੰ ਹਾਥੀ ਕਹਿ ਦਿੰਦੇ। ਤਾਪਤੀ ਨਦੀ ਬਾਰੇ ਇੱਕ ਹੋਰ ਹੈ, ਇਹ ਹਿੰਦੁਸਤਾਨ ਦੀ ਨਦੀ ਹੈ, ਤੇਜ਼ ਵਹਾਅ ਕਾਰਨ ਇਹ ਡੈਲਟਾ ਨਹੀਂ ਬਣਾਉਂਦੀ। ਮਤਲਬ ਵੀ ਇੱਥੇ ਤੇਜ਼ ਵਹਾਅ ਨਹੀਂ ਹੈਗਾ, ਤਾਂ ਇੱਥੇ ਮਿਸਟੇਕ ਹੈਗੀ ਹੈ ਵੀ ਇਹਨਾਂ ਨਦੀਆਂ ਦਾ ਜਿਹੜਾ ਵਹਾਅ ਤੇਜ਼ ਨਹੀਂ, ਤਾਂ ਇਸੇ ਕਰਕੇ ਡੈਲਟਾ ਨਹੀਂ ਬਣਾਉਂਦੀਆਂ। ਭਾਰਤ ਦੀ ਸਭ ਤੋਂ ਲੰਬੀ ਹੱਦ ਕਿਸ ਦੇਸ਼ ਨਾਲ ਲੱਗਦੀ ਹੈ? ਬੰਗਲਾਦੇਸ਼ ਨਾਲ ਲੱਗਦੀ ਹੈ। ਕਿੰਨੇ ਕਿਲੋਮੀਟਰ ਹੈਗੀ ਹੈ? 4096 ਕਿਲੋਮੀਟਰ ਜਿਹੜੀ ਬੰਗਲਾਦੇਸ਼ ਦੇ ਨਾਲ ਜਿਹੜੀ ਭਾਰਤ ਦੀ ਸਰਹੱਦ ਲੱਗਦੀ ਹੈ। ਭਾਰਤ ਦੇ ਕਿੰਨੇ ਰਾਜਾਂ ਨਾਲ ਬੰਗਲਾਦੇਸ਼ ਦੀ ਹੱਦ ਲੱਗਦੀ ਹੈ? ਕਿੰਨੇ ਰਾਜਾਂ ਨਾਲ ਲੱਗਦੀ ਹੈ? ਵੈਰੀ ਇੰਪੋਰਟੈਂਟ ਹੈਗਾ, 7 ਰਾਜਾਂ ਨਾਲ ਜਿਹੜੀ ਭਾਰਤ ਦੇ ਬੰਗਲਾਦੇਸ਼ ਦੀ ਜਿਹੜੀ ਹੱਦ ਲੱਗਦੀ ਹੈ। ਜੇਕਰ ਪੰਜਾਬ ਦੀ ਵੀ ਇੱਥੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਜਿਹੜੀ 4 ਰਾਜਾਂ ਨਾਲ ਹੱਦ ਲੱਗਦੀ ਹੈ। ਨੈਕਸਟ, ਬੰਗਲਾਦੇਸ਼ 3 ਪਾਸਿਆਂ ਤੋਂ ਜਿਹੜਾ ਘਿਰਿਆ ਹੋਇਆ, ਸੋਰੀ ਇੱਥੇ ਪੁੱਛਿਆ ਇਹ ਜਾ ਰਿਹਾ ਕਿ ਜਿਹੜਾ ਬੰਗਲਾਦੇਸ਼ ਹੈ ਉਸਨੇ 3 ਪਾਸਿਆਂ ਤੋਂ ਕਿਹੜੇ ਸਟੇਟ ਨੂੰ ਘਿਰਿਆ ਹੋਇਆ? ਉਹ ਹੈ ਤ੍ਰਿਪੁਰਾ। ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਊ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ। ਥੈਂਕ ਯੂ ਸੋ ਮੱਚ ਜੀ, ਟੇਕ ਕੇਅਰ, ਬਾਏ ਬਾਏ।